ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਔਰ ਇੱਕ ਮੈਂਬਰ ਤੋਂ ਲੈ ਕੇ ਪ੍ਰਧਾਨ ਸਾਹਿਬ ਤੱਕ ਸਾਡੀ ਸਭ ਤੋਂ ਉੱਤਮ ਡਿਊਟੀ ਹੈ ਦਰਬਾਰ ਸਾਹਿਬ ਦੀ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਨੂੰ ਕਾਇਮ ਰੱਖਣਾ। ਜੇ ਕੋਈ ਉੱਥੇ ਮਰਿਆਦਾ ਦੇ ਵਿੱਚ ਕੋਈ ਦਖਲਅੰਦਾਜ਼ੀ ਹੁੰਦੀ ਹੈ ਕੁਛ ਹੁੰਦਾ ਤਾਂ ਉਹਨਾਂ ਨੂੰ ਰੋਕਣਾ ਉਹਨਾਂ ਦਾ ਫਰਜ਼ ਬਣਦਾ। ਉਹ ਸੇਵਾਦਾਰ ਨੇ ਜਿਹੜੇ ਲੜਕੀ ਨੂੰ ਰੋਕਿਆ, ਉਹਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਹੈ, ਫਿਰ ਇਹ ਕਿਹਾ ਵੀ ਆਪਾਂ ਜੋ ਬਣਾਇਆ ਹੋਇਆ ਇਸ ਤਰ੍ਹਾਂ ਹੀ ਕਰ, ਬਾਕੀ ਜਿੱਦਾਂ ਤਿਰੰਗੇ ਝੰਡੇ ਦੀ ਗੱਲ ਹੈ, ਹਿੰਦੁਸਤਾਨ 'ਚ ਸਭ ਤੋਂ ਵੱਧ ਕੁਰਬਾਨੀਆਂ ਤਿਰੰਗੇ ਪਿੱਛੇ ਸਿੱਖਾਂ ਨੇ ਦਿੱਤੀਆਂ ਜਿਹੜੇ ਸਭ ਤੋਂ ਵੱਧ ਚੰਗੇ ਆਜ਼ਾਦੀ ਦਾ ਇਤਿਹਾਸ ਪੜ੍ਹ ਲਓ, ਉਹ ਤੋਂ ਬਾਅਦ ਦਾ ਪੜ੍ਹ ਲਓ, ਉਹ ਤੋਂ ਪਹਿਲਾਂ ਦਾ ਪੜ੍ਹ ਲਓ, ਅੱਜ ਵੀ ਬਾਰਡਰ 'ਤੇ ਸਭ ਤੋਂ ਵੱਧ ਸਿੱਖ ਹੀ ਸ਼ਹੀਦ ਹੋ ਰਹੇ ਨੇ। ਸਿੱਖਾਂ ਨੇ ਹਮੇਸ਼ਾ ਹਿੰਦੁਸਤਾਨ ਦੀ ਲੜਾਈ ਲੜੀ ਹੈ, ਗੁਰੂ ਸਾਹਿਬਾਂ ਨੇ ਹਿੰਦੁਸਤਾਨ ਦੀ ਲੜਾਈ ਲੜੀ ਹੈ, ਅੱਜ ਇਹ ਹਿੰਦੁਸਤਾਨ ਦਾ ਝੰਡਾ ਸਾਰੀ ਦੁਨੀਆਂ 'ਚ ਝੂਲ ਰਿਹਾ, ਉਹਦੇ ਸਿੱਖਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਸਿੱਖਾਂ ਨੂੰ ਖਾਲਿਸਤਾਨ ਨਹੀਂ ਕਹਿਣਾ, ਹੋਰ ਕਰ ਸਿੱਖਾਂ ਦਾ ਕੋਈ ਪਤਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹਿੰਦੂ ਸਿੱਖ ਮੁਸਲਮਾਨ ਈਸਾਈ ਜੋ ਮਰਜ਼ੀ ਜਾਵੇ, ਜੋ ਗੁਰੂ ਸਾਹਿਬ ਦੀ ਮਰਿਆਦਾ ਮੰਨੀ ਹੋਈ ਹੈ ਦਰਬਾਰ ਸਾਹਿਬ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਉਹਦੀ ਪਾਲਣਾ ਕਰਦੀ ਹੈ, ਉਹ ਪਾਲਣਾ ਕਰਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਸਨੇ ਕੋਈ ਗਲਤੀ ਨਹੀਂ ਕੀਤੀ, ਇਸ ਲਈ ਇਹਨੂੰ ਗਲਤ ਰੰਗ ਦੇਣ ਦੀ ਲੋੜ ਨਹੀਂ ਹੈ, ਇਹਨੂੰ ਬਿਲਕੁਲ ਦਿਆਂਗੇ। ਇਸੇ ਕਰਕੇ ਪਹਿਲਾਂ ਬਹੁਤ ਸਾਰਾ ਹਿੰਦੁਸਤਾਨ ਬੜਾ ਨੁਕਸਾਨ ਹੋਇਆ, ਪੰਜਾਬ 'ਚ ਨੁਕਸਾਨ ਹੋਇਆ। ਮੇਰੀ ਸਭ ਨੂੰ ਬੇਨਤੀ ਮੇਰੀ ਹੈ ਕਿ ਇਹ ਜਿਹੜੀ ਸਹੀ ਗੱਲਾਂ ਨੂੰ ਸਮਝਣ ਦੀ ਲੋੜ ਹੈ, ਜੇ ਸੇਵਾਦਾਰ ਨੇ ਰੋਕਿਆ ਤਾਂ ਉਸ ਲੜਕੀ ਨੂੰ ਵੀ ਥੋੜ੍ਹਾ ਸੇਵਾਦਾਰ ਨੇ ਕੋਪਰੇਟ ਕਰਨਾ ਚਾਹੀਦਾ ਸੀਗਾ। ਉੱਥੇ ਕੋਈ ਨਹੀਂ ਗੱਲ, ਸਾਰਿਆਂ ਲਈ ਖੁੱਲ੍ਹਾ, ਗੁਰੂ ਸਾਹਿਬ ਦੇ ਵਕਤ ਤੋਂ ਹੀ ਖੁੱਲ੍ਹਾ। ਐਸੇ ਹਿੰਦੁਸਤਾਨ 'ਚ ਬਾਹਰ ਵੀ ਬਹੁਤ ਬਹੁਤ ਐਸੇ ਸਥਾਨ ਨੇ ਜਿੱਥੇ ਹਰ ਬੰਦਾ ਨਹੀਂ ਜਾ ਸਕਦਾ, ਲੇਕਿਨ ਇੱਕੋ ਇੱਕ ਸਥਾਨ ਹੈ ਜਿੱਥੇ ਕੋਈ ਬਿਨਾਂ ਜਾਤ ਧਰਮ ਨਸਲ ਤੋਂ ਉੱਤਾਂ ਉੱਠ ਕੇ ਹਰ ਬੰਦਾ ਜਾ ਸਕਦਾ, ਅਰਦਾਸ ਕਰਦਾ, ਨਤਮਸਤਕ ਹੋ ਸਕਦਾ, ਗੁਰਬਾਣੀ ਸੁਣ ਸਕਦਾ, ਉਹ ਲੰਗਰ ਛਕ ਸਕਦਾ, ਸਲਾਹ 'ਚ ਰਹਿ ਸਕਦਾ। ਇਹ ਸਾਰੇ ਕੇਵਲ ਦੇ ਕੇਵਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਨੇ, ਬਾਕੀ ਗੁਰਦੁਆਰਾ ਸਾਹਿਬਾਨ ਨੇ, ਉਹਨਾਂ 'ਚ ਹੀ ਲਾਗੂ ਹੈ। ਇਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਵੀ ਕਾਇਮ ਰੱਖਣ ਵਾਸਤੇ ਯੋਗਦਾਨ ਪਾਉਣਾ ਚਾਹੀਦਾ।